ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰ ਰਿਹਾ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖ ਰਹੇ ਹੋਵੋਗੇ ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦੇ ਦਾਂ ਕਿ NTPC ਦੀਆਂ ਔਰ ਗਰੁੱਪ ਡੀ ਦੀ ਐਗਜ਼ਾਮ ਡੇਟ ਆਊਟ ਹੋ ਗਈ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਜਾਣਕਾਰੀ ਹੈ ਤੁਹਾਡੇ ਤੱਕ ਸ਼ੇਅਰ ਕਰ ਦਈਏ ਜਿਨਨੇ ਵੀ ਸਟੂਡੈਂਟ ਸਾਡੇ ਨੀਅਰ ਅਬਾਊਟ ਸੂਬੇ ਦੇ ਜਾਂ ਆਸ-ਪਾਸ ਦੇ ਕੈਂਡੀਡੇਟਸ ਖਾਸ ਤੌਰ ਤੇ ਰੇਲਵੇ ਪੇਪਰ ਨੂੰ ਲੈ ਕੇ ਪਰੇਸ਼ਾਨ ਸੀਗਾ ਤਾਂ ਉਹਨਾਂ ਬੱਚਿਆਂ ਦੇ ਲਈ ਵੱਡੀ ਖਬਰ ਹੈ ਤੁਹਾਡੇ ਨਾਲ ਦੂਜੀ ਖਬਰ ਸਾਂਝੀ ਕਰਾਂਗੇ ਰੇਲਵੇ ਦੇ ਪੇਪਰਾਂ ਦੇ ਨਾਲ ਨਾਲ एनटीपीसी 8393 ਪੋਸਟਾਂ ਦੇ ਰਿਗਾਰਡਿੰਗ ਜੋ ਗਿਲਜ਼ ਮੈਂਟਰ ਤੁਹਾਨੂੰ ਪ੍ਰੀਪਰੇਸ਼ਨ ਕਰਾਉਣ ਜਾ ਰਿਹਾ ਹੈ ਪੂਰਾ ਟਾਈਮ ਟੇਬਲ ਤੁਹਾਡੇ ਨਾਲ ਸਾਂਝਾ ਕਰਾਂਗਾ ਮੈਂ ਪੂਰੀ ਜਾਣਕਾਰੀ ਤੁਹਾਨੂੰ ਵਿਸਤਾਰ ਨਾਲ ਦੇਵਾਂਗਾ ਮੈਂ ਕਿਸ ਤਰੀਕੇ ਨਾਲ ਤੁਹਾਡੀਆਂ ਕਲਾਸਿਸ ਹੋਣੀਆਂ ਕਿਵੇਂ ਕਲਾਸਿਸ ਸਟੈਂਡ ਕਰੋਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝ ਪਾ ਰਿਹਾ ਹਾਂ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰਦੇ ਹਾਂ ਤਾਂ ਸਾਡੇ ਕੋਲੇ ਬੇਸਿਕਲੀ ਪੇਪਰ ਦੇ ਵਿੱਚ ਪ੍ਰੀਪਰੇਸ਼ਨ ਕਰਨ ਦੇ ਵਿੱਚ ਸਾਡੇ ਕੋਲ ਇੱਕ ਸਟਰੈਟਜੀ ਬਹੁਤ ਜ਼ਰੂਰੀ ਹੁੰਦੀ ਹੈ ਅਗਰ ਕਿਸੇ ਵੀ ਇਗਜ਼ਾਮ ਦੀ ਸਾਡੀ ਬੈਸਟ ਸਟਰੈਟਜੀ ਨਹੀਂ ਆ ਤਾਂ ਸਾਡੇ ਕੋਲੇ ਅੱਛਾ ਟਾਈਮ ਟੇਬਲ ਨਹੀਂ ਬਣ ਸਕਦਾ ਸਭ ਤੋਂ ਪਹਿਲਾਂ ਮੈਂ ਫਟਾਫਟ ਤੁਹਾਨੂੰ ਰੇਲਵੇ ਵਾਲੇ ਪੇਪਰ ਦੀ ਦਿਖਾਉਣਾ ਵਾ ਡੇਟ ਐਗਜ਼ਾਮ ਡੇਟ ਤੁਸੀਂ ਚੈੱਕ ਕਰ ਸਕਦੇ ਹੋ ਯਾਨੀ ਜੋ ਸਾਡੇ ਕੋਲੇ ਸਭ ਤੋਂ ਪਹਿਲੇ ਮਿਨਿਸਟਰੀਅਲ ਸਟਾਫ ਹੈ ਉਹਦੀਆਂ ਤਕਰੀਬਨ 16763 ਪੋਸਟਾਂ ਦੇ ਸਬੰਧ ਵਿੱਚ ਤਕਰੀਬਨ ਤਕਰੀਬਨ ਮੈਂ ਕਹਿ ਸਕਦਾ ਹਾਂ ਵੀ 1 ਲੱਖ 3000 ਅਸਾਮੀਆਂ ਆਊਟ ਕੀਤੀਆਂ ਗਈਆਂ ਸੀ ਕਿੰਨੀਆਂ ਸੀਆਂ 193000 ਅਸਾਮੀਆਂ ਆਊਟ ਕੀਤੀਆਂ ਗਈਆਂ ਸੀ ਜਿਨ੍ਹਾਂ ਦਾ ਪੇਪਰ 15 ਦਸੰਬਰ ਤੋਂ ਸ਼ੁਰੂ ਹੋ ਕੇ 18 ਦਸੰਬਰ ਦੇ ਵਿੱਚ ਹੋਏਗਾ ਮਤਲਬ ਵੀ ਡੋਨਟ ਹੈਵ ਟੂ ਮੱਚ ਟਾਈਮ ਵੀ ਹੈਵ ਅ ਓਨਲੀ ਫॉर ਓਨਲੀ 12 অর 13 ਡੇਸ ਟੂ ਲੈਫਟ ਦਿਸ ਪੇਪਰ ਠੀਕ ਹੈ ਇਸ ਤੋਂ ਇਲਾਵਾ ਜਿੰਨਾ ਜਿੰਨਾ ਕੈਂਡੀਡੇਟਸ ਨੇ ਐਨਟੀਪੀਸੀ ਯਾਨੀ ਨੋਨ ਟੈਕਨੀਕਲ ਪਪੂਲਰ ਕੈਟੇਗਰੀਜ਼ ਜਿਹਦੇ ਵਿੱਚ ਕੀ ਤੁਹਾਡੇ ਕੋਲੇ ਗੁੱਡਸ ਗਾਰਡ ਹੈ ਆਫਿਸ ਕਲਰਕ ਹੈ ਕਮਰਸ਼ੀਅਲ ਕਲਰਕ ਦੀਆਂ 35208 ਪੋਸਟਾਂ ਦੇ ਲਈ 1 ਕਰੋੜ 26 ਲੱਖ ਫਾਰਮ ਭਰੇ ਗਏ ਸੀਗੇ ਜੇ ਤੁਸੀਂ ਹੁਣ ਜੇ ਚੈੱਕ ਕਰੋਗੇ ਨਾ ਤਾਂ ਤਕਰੀਬਨ 1 ਕਰੋੜ 26 ਲੱਖ ਨੂੰ ਤੁਸੀਂ ਇਦਾਂ ਕਰਕੇ ਪੰਜ ਬਿੰਦੀਆਂ ਲਾ ਕੇ نیچے ਤੇ ਇਹਨੂੰ 35208 ਦੇ ਨਾਲ ਭਾਗ ਕਰੋਗੇ ਤਾਂ तकरीबन तकरीबन ਤੁਹਾਨੂੰ ਖੁਦ ਆਈਡੀਆ ਹੋ ਜਾਏਗਾ ਕਿ ਇੱਕ ਪੋਸਟ ਤੇ ਕਿੰਨਾ ਵੱਡਾ ਕੰਪੀਟੀਸ਼ਨ ਹੈ ਇਹਨਾਂ ਦਾ ਐਗਜ਼ਾਮ ਹੈ ਉਹ 28th ਆਫ ਦਿਸੰਬਰ ਤੋਂ ਸ਼ੁਰੂ ਹੋ ਕੇ ਤੇ ਮਾਰਚ 21 ਤੱਕ ਜਾਏਗਾ ਕਲੀਅਰ ਹੈ ਉਸ ਤੋਂ ਬਾਅਦ ਗੱਲ ਕਰਦੇ ਆਂ ਆਰ ਆਰ ਸੀ ਔਰ ਆਰ ਆਰ ਸੀ ਤੋਂ ਬਾਅਦ ਗੱਲ ਕਰਦੇ ਕਿ ਇਹਨਾਂ ਦੇ ਵਿੱਚ तकरीबन ਇੱਕ ਜਿਹਦੇ ਵਿੱਚ ਗਰੁੱਪ ਡੀ ਦੀਆਂ ਪੋਸਟਾਂ ਹੈ 1,3769 ਪੋਸਟਾਂ ਦਾ ਤੋ ਸ਼ੁਰੂ ਕਰਕੇ ਯਾਨੀ 100 ਲਗਭਗ 1 ਕਰੋੜ 15 ਲੱਖ ਜਿਹੜੀਆਂ ਰਜਿਸਟ੍ਰੇਸ਼ਨਸ ਹੋਏ ਨੇ ਇਹਨਾਂ ਦਾ ਪੇਪਰ ਯਾਨੀ NTPC ਇਗਜ਼ਾਮ ਓਵਰ ਹੋਏਗਾ April ਤੋਂਰ ਉਦੋਂ ਤੋਂ June ਦੇ ਵਿੱਚ ਜਾ ਕੇ ਪੂਰਾ ਹੋ ਜਾਏਗਾ ਮਤਲਬ ਕਿ April ਤੋਂ ਲੈ ਕੇ ਤੇ June ਤੱਕ ਦਾ ਪੇਪਰ ਰਹੇਗਾ ਇਹ ਫਿਲਹਾਲ ਤੱਕ ਰੇਲਵੇ ਦੇ ਸਬੰਧ ਚ ਇਨਫੋਰਮੇਸ਼ਨ ਫਿਲਹਾਲ ਹੁਣੇ-ਹੁਣੇ ਜਾਣਕਾਰੀ ਆਈ ਹੈ ਸਬ ਤੱਕ ਪਲੀਜ਼ ਜਾਣਕਾਰੀ ਆ ਚੁੱਕੀ ਹੈ ਠੀਕ ਹੈ ਸਾਰਿਆਂ ਸਬ ਸਟੂਡੈਂਟਸ ਨੂੰ ਇਹਦੇ ਬਾਰੇ ਪਤਾ ਲੱਗ ਗਿਆ ਹੋਵੇਗਾ ਸਾਰਿਆਂ ਨੂੰ ਤਾਂ ਕਿ ਬੇਸਿਕਲੀ ਬੇਸਿਕਲੀ ਸਾਰੇ ਸਟੂਡੈਂਟਸ ਨੂੰ ਇਹਦੀ ਪ੍ਰੋਪਰ ਇਨਫੋਰਮੇਸ਼ਨ ਆ ਗਈ ਹੋਏਗੀ ਸੋ ਗਾਇਸ ਬੀ ਰੈਡੀ ਫॉर ਥਿਸ ਪੇਪਰ ਠੀਕ ਹੈ ਸਬ ਤੱਕ ਇਹ ਜਾਣਕਾਰੀ ਹੋ ਰਹੀ ਹੈ ਤਾਂ ਕਿ ਤੁਸੀਂ ਆਪਣੇ ਫਰੈਂਡਸ ਕਲੀਕਸ ਮਿੱਤਰ ਦੋਸਤ ਸਬ ਤੱਕ ਇਹ ਪਲੀਜ਼ ਇਸ ਜਾਣਕਾਰੀ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਸਭ ਨੂੰ ਪੂਰਨ ਤੌਰ ਤੇ ਜਾਣਕਾਰੀ ਸਮਝ ਲੱਗ ਜਾਏਗੀ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਸਿੱਧੇ ਸਿੱਧੇ ਤੌਰ ਤੇ ਕਿ ਪੰਜਾਬ ਦੇ ਪੇਪਰਾਂ ਦੇ ਸੰਬੰਧ ਜੋ ਤੁਹਾਡਾ ਪੇਪਰ ਹੋਣਾ ਹੈ ਐਂਟੀਟੀ ਉਹਦੇ ਲਈ ਗਿਲਜ਼ ਮੈਂਟਰ ਨੇ ਤੁਹਾਨੂੰ ਪ੍ਰੈਪਰੇਸ਼ਨ ਕਰਾਉਣ ਦੀ ਜੋ ਜ਼ਿੰਮੇਵਾਰੀ ਲਈ ਹੈ ਅਸੀਂ ਤੁਹਾਨੂੰ ਕਿਸ ਤਰੀਕੇ ਨਾਲੇ ਪੇਪਰ ਦੀ ਪ੍ਰੀਪਰੇਸ਼ਨ ਕਰਾਵਾਂਗੇ ਪੂਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਰੰਟ ਅਫੇਅਰ ਤੁਹਾਡਾ ਸਵੇਰੇ 6:00 ਵਜੇ ਰਹੇਗਾ ਜਿੰਨੇ ਵੀ ਪੇਪਰ ਹੈ ਦੇਖੋ ਇਹਦੇ ਚ ਕਰੰਟ ਅਫੇਅਰ ਅਸੀਂ ਇੰਟਰਨੈਸ਼ਨਲ ਸਤਰ ਨੈਸ਼ਨਲ ਸਤਰ ਤੇ ਜੋ ਸਾਡੇ ਸੂਬੇ ਸਤਰ ਦਾ ਤੁਹਾਨੂੰ ਅਸੀਂ ਕਰਵਾਉਨੇ ਆ ਜਿਹਦਾ ਕਿ ਪੀਡੀਐਫ ਵੀ ਤੁਹਾਨੂੰ ਟੈਲੀਗ੍ਰਾਮ ਚ ਸਾਂਝਾ ਪਾ ਦਿੰਨੇ ਆ ਤੇ ਜੋ ਬੱਚੇ ਸਾਡੇ ਕੋਲੇ ਸਪੈਸ਼ਲ ਸਾਡੀ ਐਪ ਤੇ ਅਵੇਲੇਬਲ ਨੇ ਉਹਨਾਂ ਨੂੰ ਉੱਥੇ ਟੈਲੀਗ੍ਰਾਮ ਦੇ ਉੱਪਰ ਦੇ ਨਾਲ ਨਾਲ ਅਸੀਂ ਉੱਥੇ ਪੀਡੀਐਫ ਦਿੰਦੇ ਰਹਿੰਨੇ ਆ ਪਹਿਲੀ ਕਲਾਸ ਜੋ ਤੁਹਾਡੀ ਹੁਣ ਤੋਂ ਬਾਅਦ ਦੂਜੀ ਕਲਾਸ ਹੋਏਗੀ ਪੰਜਾਬੀ ਗ੍ਰਾਮਰ ਤੇ ਅੰਗਰੇਜ਼ੀ ਗ੍ਰਾਮਰ ਤੇ ਹਿੰਦੀ ਗ੍ਰਾਮਰ ਇਹਨਾਂ ਦੀ ਕਲਾਸ ਤੁਹਾਡੇ ਕੋਲੇ ਅਵੇਲੇਬਲ ਹੋਏਗੀ ਤਕਰੀਬਨ ਤਕਰੀਬਨ ਫਿਲਹਾਲ ਅਸੀਂ ਹਿੰਦੀ ਨੂੰ ਹਜੇ ਨਹੀਂ ਲੈਨੇ ਆ ਠੀਕ ਹੈ ਇਹ ਸਬਜੈਕਟ ਦਾ ਹਜੇ ਤੱਕ ਸਾਨੂੰ ਹਜੇ ਵੀ ਥੋੜਾ ਜਿਹਾ ਲिटल ਬਿਟ ਕਨਫਿਊਜ਼ਨ ਇਸ ਵਾਸਤੇ ਬਲਕਿ ਪੰਜਾਬੀ ਔਰ ਅੰਗਰੇਜ਼ੀ ਦਾ ਜੋ ਕਲਾਸ ਹੋਏਗੀ ਇਹਦੀ ਆਲਟਰਨੇਟ ਕਲਾਸ ਹੋਏਗੀ 11 ਵਜੇ ਤੁਹਾਨੂੰ ਸਵਕਤੇ ਮਿਲਿਆ ਕਰੇਗੀ ਕਲਾਸ ਇਹ ਠੀਕ ਹੈ ਤੇ ਜਿੰਨੇ ਵੀ ਟੀਚਰ ਜਾਂ ਐਂਟੀਟੀ ਦੇ ਲਈ ਪ੍ਰਪੇਅਰ ਕਰ ਰਹੇ ਹੋ ਕਿਤੇ ਵੀ ਕਿਸੇ ਬੁੱਕ ਨੇ ਤੁਹਾਨੂੰ ਪੇਪਰ ਪਾਸ ਨਹੀਂ ਕਰਾਉਣਾ ਮੈਂ ਤੁਹਾਨੂੰ ਅੱਜ ਵੀ ਕਹਾਂਗਾ ਜੇ ਤੁਹਾਨੂੰ ਇੰਨਾ ਹੀ ਜੇ ਤੁਹਾਨੂੰ ਲੱਗਦਾ ਹੈ ਨਾ ਕਿ ਤੁਹਾਡੇ 1000 1200 ਰੁਪਏ ਤੁਸੀਂ ਕਿਤਾਬਾਂ ਤੇ ਲਾਉਣਾ ਹੈ ਠੀਕ ਹੈ ਤਾਂ ਫਿਰ ਆਰਾਮ ਦੇ ਨਾਲ ਕਿਸੇ ਨੂੰ ਦਾਨ ਦਕਸ਼ਨਾ ਕਰ ਦਿਓ ਬਹੁਤ ਜ਼ਰੂਰਤ ਹੈ ਠੀਕ ਹੈ ਕਿਸਾਨ ਸਾਡੇ ਗਏ ਹੋਏ ਨੇ ਉਹਨਾਂ ਨੂੰ ਦਾਨ ਪਾ ਦਿਓ ਇਸ ਤੋਂ ਇਲਾਵਾ ਸੋਸ਼ਲ ਸਾਇੰਸ ਦੀ ਕਲਾਸ ਤੇ ਨਾਲ ਸਾਇੰਸ ਦੀ ਕਲਾਸ ਹੈ ਇਹ ਕਲਾਸ ਤੁਹਾਡੀ ਹੋਇਆ ਕਰੇਗੀ ਦੁਪਹਿਰੇ 2 ਵਜੇ ਹੋਏਗੀ ਠੀਕ ਹੈ ਇਸ ਕਲਾਸ ਨੂੰ ਹੋਣ ਤੋਂ ਬਾਅਦ ਇਹਦਾ ਸੇਮ ਕਲਾਸ ਦਾ ਤੁਹਾਨੂੰ ਪੀਡੀਐਫ ਮਿਲੇਗਾ ਇੱਕ ਦਿਨ ਤੁਹਾਡੀ ਸੋਸ਼ਲ ਸਾਇੰਸ ਹੋਏਗੀ ਅਗਲੇ ਦਿਨ ਤੁਹਾਡੀ ਸਾਇੰਸ ਦੀ ਕਲਾਸ ਹੋਏਗੀ ਠੀਕ ਹੈ ਬਿਕੋਜ਼ ਅਗਰ ਆਪਾਂ ਦੇਖੀਏ ਤਾਂ ਸਿਲੇਬਸ ਕਾਫੀ ਲੰਬਾ ਹੈ ਸਿਲੇਬਸ ਲੰਬਾ ਹੈ ਤਾਂ ਆਪਾਂ ਡੇਲੀ ਰੁਟੀਨ ਦੇ ਵਿੱਚ ਸਾਰੀਆਂ ਕਲਾਸਸ ਨੂੰ ਤਾਂ ਨਹੀਂ ਕਰ ਪਾਰੇ ਸੀਗੇ ਤਾਂ ਇਸ ਕਰਕੇ ਆਪਾਂ ਇਸ ਨੂੰ ਇੱਥੋਂ ਸ਼ੁਰੂ ਕਰਨ ਜਾ ਰਹੇ ਹਾਂ ਅਗਲਾ ਤੁਹਾਡੀ ਕਲਾਸ ਹੋਏਗੀ ਨੈਕਸਟ ਹੈ ਚਾਈਲਡ ਡਿਵੈਲਪਮੈਂਟ ਐਂਡ ਜੋ ਸਾਡੀ ਪੈਡਾਗੋਜੀ ਦੀ ਕਲਾਸ ਹੋਏਗੀ ਇਸ ਦੇ ਵੀ ਇੱਕ ਕਲਾਸ ਹੋਏਗੀ ਤੁਹਾਡੀ 4 ਵਜੇ ਕਲਾਸ ਹੋਏ ਕਰੇਗੀ ਠੀਕ ਹੈ ਇਹਨੂੰ ਆਪਾਂ ਫਿਲਹਾਲ ਤੱਕ ਡੇਲੀ ਰੁਟੀਨ ਚ ਰੱਖਾਂਗੇ ਔਰ ਜਦੋਂ ਹੀ ਸਿਲੇਬਸ ਪੂਰਾ ਹੋ ਗਿਆ ਇਹਦੇ ਨਾਲ ਤੁਹਾਡਾ ਆਲਟਰਨੇਟ ਕੰਪਿਊਟਰ ਸ਼ੁਰੂ ਕਰ ਦਿੱਤਾ ਜਾਏਗਾ ਸਮਝ ਪਾ ਰਹੇ ਹੋ ਇਹ ਜਿੰਨੇ ਵੀ ਸਟੱਡੀ ਮਟੀਰੀਅਲ ਹੈ ਇਹਨਾਂ ਦਾ ਤੁਹਾਨੂੰ ਸਟੱਡੀ ਮਟੀਰੀਅਲ ਪੰਜਾਬੀ ਭਾਸ਼ਾ ਵਿੱਚ ਮਿਲੇਗਾ ਮਾਂ ਬੋਲੀ ਵਿੱਚ ਮਿਲੇਗਾ ਠੀਕ ਹੈ ਇਹਦੀ ਤੁਹਾਡੀ ਮੈਥ ਤੇ ਰੀਜਨਿੰਗ ਦੀ ਕਲਾਸ ਆਲਟਰਨੇਟ ਹੋਏਗੀ ਇਹ ਕਲਾਸ ਸ਼ਾਮ ਨੂੰ 6 ਵਜੇ ਹੋਇਆ ਕਰੇਗੀ ਇਸ ਦਾ ਵੀ ਵਿਸ਼ੇਸ਼ ਤੌਰ ਤੇ ਖਿਆਲ ਰੱਖਣਾ ਹੈ ਹਾਂ ਕਈ ਵਾਰੀ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਾਂਗਾ ਕੋਈ ਜਿਵੇਂ 6 ਵਜੇ ਟਾਈਮ ਦਿੱਤਾ ਤਾਂ ਹੋ ਸਕਦਾ ਹੈ ਕਿ 5-7 ਮਿੰਟ ਅੱਗੇ ਪਿੱਛੇ ਹੋ ਜਾਆ ਕਰਨ ਵੀ ਜਿਵੇਂ 6:15 ਤੇ 6:20 ਤੇ ਸ਼ੁਰੂ ਹੋ ਜਾਏਗੀ ਤਾਂ ਉਹਦਾ ਬੁਰਾ ਨਹੀਂ ਮੰਨਣਾ ਸੋ ਯੂ ਹੈਵ ਟੂ ਵੇਟ ਔਰ ਇਹ ਕਲਾਸ ਤੁਹਾਡੀ ਕੰਟੀਨਿਊ ਰਹੇਗੀ ਬਿਲਕੁਲ ਬੇਸਿਕ ਸਤਰ ਤੋਂ ਕਰਾਂਗੇ ਜ਼ਬਰਦਸਤ ਤਰੀਕੇ ਨਾਲ ਰਿਵੀਜ਼ਨ ਕਰਾਂਗੇ ਤਾਂ ਕਿ ਤੁਹਾਨੂੰ ਕਿਤੇ ਵੀ ਬਾਅਦ ਦੇ ਵਿੱਚ ਜਾ ਕੇ ਸਟੱਡੀ ਕਰਨ ਦੀ ਲੋੜ ਨਹੀਂ ਪਏਗੀ ਲਿਊਸ਼ੈਂਟ ਜੀਕੇ ਹੈ ਸਾਰੇ ਪੇਪਰਾਂ ਦੇ ਲਈ ਹੈ ਖਾਸ ਤੌਰ ਤੇ ਜਿਹੜੇ ਕਿ ਐਨਟੀਪੀਸੀ ਦੀ ਪ੍ਰੀਪਰੇਸ਼ਨ ਕਰ ਰਹੇ ਆ ਐਨਟੀਪੀਸੀ ਦੇ ਨਾਲ ਨਾਲ ਜਿਵੇਂ ਕਿ ਗਰੁੱਪ ਡੀ ਦੀ ਪ੍ਰੀਪਰੇਸ਼ਨ ਕਰ ਰਹੇ ਆ ਪਲੱਸ ਆਲ ਪੰਜਾਬ ਗਵਰਨਮੈਂਟ ਪੇਪਰਾਂ ਦੀ ਪ੍ਰੀਪਰੇਸ਼ਨ ਕਰ ਰਹੇ ਆ ਤਾਂ ਖਾਸ ਤੌਰ ਤੇ ਇਹਨਾਂ ਦੇ ਜੋ ਪੇਪਰਾਂ ਨੇ ਲੈ ਕੇ ਅਸੀਂ ਜੋ ਕਨਸਰਨ ਸਾਨੂੰ ਇਹਦਾ ਅਹ ਚਿੰਤਾ ਸਾਡੇ ਲਈ ਹੈ ਤਾਂ ਉਹ ਬੱਚਾ ਨੂੰ ਅਸੀਂ ਪ੍ਰੈਪਰੇਸ਼ਨ ਕਰਾਵਾਂਗੇ ਲਿਊਸ਼ਨਡ ਜੀਕੇ ਚੱਲੇਗਾ ਜਿਹਦੇ ਚ ਕੀ ਪ੍ਰੀਵੀਅਸ ਇਅਰ ਐਨਟੀਪੀਸੀ ਪ੍ਰੀਵੀਅਸ ਇਅਰ ਦੇ ਐਸਐਸਸੀ ਬਹੁਤ ਬਿਹਤਰੀਨ ਤਰੀਕੇ ਦੀ ਕਲਾਸ ਹੈ ਜੋ ਕੰਟੀਨਿਊ ਰਹੇਗੀ ਹੁਣ ਗੱਲ ਕਰਦੇ ਹਾਂ ਸਾਡੀ ਜੋ 4 ਵਜੇ ਦੀ ਕਲਾਸ ਚੱਲਦੀ ਸੀਗੀ ਕੰਪਿਊਟਰ ਆਈਟੀ ਲੈਵਲ ਦੀ ਉਸ ਕਲਾਸ ਦੀ ਅਪਡੇਸ਼ਨ ਤੁਹਾਨੂੰ ਸੂਨ ਜਲਦੀ ਦੇਵਾਂਗੇ ਸਾਨੂੰ ਕੋਈ ਨਾ ਕੋਈ ਟਾਈਮ ਸੈਫਲ ਕਰਨਾ ਪਏਗਾ ਵਿੱਚੋਂ ਸਾਡੇ ਟੀਚਰ ਨਾਲ ਬਾਰ ਬਾਰ ਅਸੀਂ ਇਸ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਮੱਥਾ ਪਾਚੀ ਕਰਕੇ ਟਾਈਮ ਟੇਬਲ ਬਣਾ ਕੇ ਦਾ ਪ੍ਰੋਪਰਲੀ ਤੁਹਾਨੂੰ ਦਾ ਜਰੂਰ ਟਾਈਮ ਟੇਬਲ ਦੇਵਾਂਗੇ ਠੀ ਫਿਲਹਾਲ ਤੱਕ ਦਾ ਟਾਈਮ ਟੇਬਲ ਤੁਹਾਨੂੰ ਦਿੱਤਾ ਹੈ ਹੁਣ ਜੇ ਆਪਾਂ ਗੱਲ ਕਰਦੇ ਹਾਂ ਕਿ ਇਹ ਜਿੰਨੇ ਵੀ ਤੁਹਾਡੇ ਸਾਹਮਣੇ ਡੇਟ ਵੀ ਆ ਚੁੱਕੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨਾ ਵੀ ਇਹਦੇ ਵਿੱਚ ਕੋਈ ਸਟੱਡੀ ਮਟੀਰੀਅਲ ਹੋਏਗਾ ਤੁਹਾਡੇ ਲਈ ਯਾਦ ਰੱਖਣਾ ਹੈ ਕਿ ਤੁਹਾਨੂੰ ਜੋ ਅਸੀਂ ਸਟੱਡੀ ਮਟੀਰੀਅਲ ਅਵੇਲੇਬਲ ਕਰਾਵਾਂਗੇ ਹਾਂਜੀ ਜੋ ਤੁਹਾਨੂੰ ਅਸੀਂ ਸਟੱਡੀ ਮਟੀਰੀਅਲ ਅਵੇਲੇਬਲ ਕਰਾਵਾਂਗੇ ਉਸ ਸਟੱਡੀ ਮਟੀਰੀਅਲ ਦੀ ਮੈਂ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਹੈ ਕਿ ਤੁਸੀਂ ਕਿਸ ਕਿਸ ਤਰੀਕੇ ਨਾਲ ਸਟੱਡੀ ਮਟੀਰੀਅਲ ਪ੍ਰਾਪਤ ਕਰੋਗੇ ਸਾਡੇ ਕੋਲੋਂ ਕਿਵੇਂ ਤੁਹਾਨੂੰ ਮਿਲੇਗਾ ਦੇਖੋ ਐਨਟੀਟੀ ਦੇ ਲਈ ਤੁਹਾਨੂੰ ਫਿਲਹਾਲ ਤੱਕ ਮੈਂ ਕੋਈ ਵੀ ਬੁੱਕ ਰეკਮੈਂਡ ਨਹੀਂ ਕਰਾਂਗਾ ਪਲੀਜ਼ ਡੋਨਟ ਵੇਸਟ ਯੋਰ ਪੈਸਾ ਠੀਕ ਹੈ ਮਨੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਬੁੱਕਸ ਆ ਜਾਣੀਆਂ ਇਨੀਆਂ ਕਿ ਅਸੀਂ ਜਾਣਬੁੱਝ ਕੇ ਨਹੀਂ ਕਰਾਰੇ ਨੈਵਰ ਮੈਂ ਚਾਹੁੰਦਾ ਕਿ ਪਹਿਲਾਂ ਆਪਣਾ ਬੇਸ ਬਣਾ ਲਓ ਇਹਦੇ ਵਿੱਚ ਤੁਹਾਡੀ ਜੋ ਵੀ ਡੇਲੀ ਕਲਾਸ ਹੋਏਗੀ ਦੇਖੋ ਡੇਲੀ ਕਲਾਸ ਹੋਣ ਤੋਂ ਬਾਅਦ ਤੁਹਾਨੂੰ ਸੇਮ ਕਲਾਸ ਦਾ ਕੀ ਮਿਲੇਗਾ ਪੀਡੀਐਫ ਮਿਲੇਗਾ ਠੀਕ ਹੈ ਇਹਦਾ ਤੁਸੀਂ ਕੀ ਕਰ ਸਕਦੇ ਹੋ ਰਿਵੀਜ਼ਨ ਕਰ ਸਕਦੇ ਹੋ ਰੀਵੀਜ਼ਨ ਕਰਨ ਦੇ ਨਾਲ ਨਾਲ ਤੁਹਾਨੂੰ ਅਸੀਂ ਕੀ ਦੇਵਾਂਗੇ ਈ-ਬੁੱਕਸ ਅਵੇਲੇਬਲ ਕਰਾ ਦਾਂਗੇ ਜੇ ਕਿਸੇ ਨੂੰ ਸਪੈਸ਼ਲ ਨੋਟਸ ਚਾਹੀਦੇ ਹੋਏ ਤਾਂ ਨੋਟਸ ਵੀ ਅਵੇਲੇਬਲ ਹੋ ਜਾਣਗੇ ਇਹਦੀ ਜਾਣਕਾਰੀ ਤੁਹਾਨੂੰ ਸਮੇਂ ਦੇ ਮੁਤਾਬਿਕ ਤੁਹਾਨੂੰ ਦੇ ਦਾਂਗੇ ਅਸੀਂ ਠੀਕ ਹੈ ਹੁਣ ਦੇਖੋ ਕੋਈ ਵੀ ਅਗਰ ਤੁਸੀਂ ਕਹਿੰਨੇ ਸੀ ਵੀ ਕਰੋਨਾ ਦੀ ਵਜ੍ਹਾ ਨਾਲ ਬਹੁਤ ਸਾਰੇ ਪੇਪਰs sthagi ਹੋਰੇ ਆ ਅਗਰ ਰੇਲਵੇ ਪ੍ਰਤੀ ਬੋਰਡ ਐਨੇ ਸਟੂਡੈਂਟਸ ਨੇ ਆਨਲਾਈਨ ਕੈਂਪੇਨ ਸ਼ੁਰੂ ਕੀਤਾ ਸੀ ਉਹਦੀ ਵਜ੍ਹਾ ਦੇ ਨਾਲ ਤੁਨੂੰ ਪਤਾ ਹੋਏਗਾ ਕਿ ਅਗਰ ਇੰਨਾ ਵੱਡਾ ਕੈਂਪੇਨ ਸ਼ੁਰੂ ਹੋਇਆ ਸੀ ਕੈਂਪੇਨ ਦੀ ਵਜ੍ਹਾ ਨਾਲ ਡੇਟ ਆਊਟ ਹੋਈ ਸੀਗੀ ਤਾਂ ਗਵਰਨਮੈਂਟ ਪਿੱਛੇ ਸਟੈਪ ਨਹੀਂ ਲੈ ਸਕਦੀ ਬਿਕੋਜ਼ ਗਵਰਨਮੈਂਟ ਅਗਰ ਕਰੋਨਾ 'ਚ ਇਲੈਕਸ਼ਨ ਕਰਵਾ ਸਕਦੀ ਹੈ ਗਵਰਨਮੈਂਟ ਕਰੋਨਾ 'ਚ ਪੇਪਰ ਕਿਉਂ ਨਹੀਂ ਕਰਵਾ ਸਕਦੀ ਕਿਉਂਕਿ ਰਸਤੇ ਨਿਕਲਣੇ ਚਾਹੀਦੇ ਆ ਬਹੁਤ ਸਾਰੇ ਸਟੂਡੈਂਟਸ ਮਾਇੂਸ ਹੋ ਜਾਂਦੇ ਆ ਤੁਸੀਂ ਅਗਰ ਮੈਂ ਤੁਹਾਨੂੰ ਇੱਕੋ ਚੀਜ਼ ਦੱਸ ਦਿਆਂ ਵੀ 1000 ਰੁਪਏ ਦੀ ਕੋਈ ਤੁਸੀਂ ਅਗਰ ਕੋਈ ਜੌਬ ਲੈਣ ਜਾਂਦੇ ਹੋ ਤਾਂ ਤੁਹਾਡਾ ਕੋਈ ਵੀ ਇੰਟਰਵਿਊ ਨਹੀਂ ਲਿਆ ਜਾਏਗਾ ਤੁਸੀਂ ਅਗਰ ਮੰਨ ਲਓ 10000 ਦੀ ਜੌਬ ਲੈਣ ਜਾਣੇ ਹੋ ਤਾਂ ਤੁਹਾਡਾ ਇੰਟਰਵਿਊ ਹੋਏਗਾ ਜੇ ਤੁਸੀਂ 1 ਲੱਖ ਰੁਪਏ ਦੀ ਜੌਬ ਤੇ ਜਾਣੇ ਹੋ ਨਾ ਤਾਂ ਤੁਹਾਡਾ ਉਨਾ ਹੀ ਟਫ ਇੰਟਰਵਿਊ ਹੋਏਗਾ ਜੇ ਤੁਹਾਡੀ ਸੈਲਰੀ 5 ਲੱਖ ਪਰ ਮਹੀਨੇ ਦੀ ਹੈ ਤਾਂ ਤੁਹਾਡਾ ਸਿਲੈਕਸ਼ਨ ਉਨਾ ਹੀ ਟਫ ਹੋਏਗਾ ਉਨਾ ਹੀ ਮਤਲਬ ਕਿ ਜਿੰਨੀਆਂ ਸਾਡੇ ਸਾਹਮਣੇ ਪਰਿਸਥਿਤੀਆਂ ਹੈ ਇਹਦਾ ਮਤਲਬ ਹੈ ਸਾਨੂੰ ਉਹਨਾਂ ਆਪਣੇ ਆਪ ਨੂੰ ਤਰাশਣਾ ਪਏਗਾ ਸਾਡੇ ਲਈ ਉਹਨੇ ਹੀ ਰਸਤੇ ਆਪਣੇ ਅਲੱਗ-ਅਲੱਗ ਬਣਦੇ ਜਾਣਗੇ ਦੋਸਤੋ ਸੋਨਾ ਸੋਨਾ ਛੱਡ ਦਿਓ ਪੇਪਰਾਂ ਦੀ ਤੁਹਾਡੇ ਸਾਹਮਣੇ ਬਾੜ ਲੱਗੀ ਹੈ ਇਹ ਨਹੀਂ ਹੈ ਕਿ ਤੁਸੀਂ ਕਿਸੇ ਨੇ ਵੀ ਆਰਆਰਬੀ ਰੇਲਵੇ ਭਰਤੀ ਬੋਰਡ ਚ ਫਾਰਮ ਨਹੀਂ ਭਰਿਆ ਸਾਰੇ ਬੱਚਿਆਂ ਨੇ ਫਾਰਮ ਭਰਿਆ ਇਸ ਤੋਂ ਇਲਾਵਾ ਜੇ ਗੱਲ ਕਰਦੇ ਹਾਂ ਤਾਂ ਤੁਹਾਨੂੰ ਪਤਾ ਹੈਗਾ ਕਿ ਵਾਰਡ اٹੈਂਡੈਂਟ ਦੀ ਪੇਪਰ ਵੀ ਸਾਡੇ ਲਈ ਮਹੱਤਵਪੂਰਨ ਹੋਏਗਾ ਉਹਦੀ ਵੀ ਡੇਟ ਬਹੁਤ ਜਲਦੀ ਤੁਹਾਨੂੰ ਆਪਾਂ ਨੂੰ ਡੇਟ ਮਿਲ ਜਾਏਗੀ ਪਲੱਸ ਇਹਦੇ ਨਾਲ ਨਾਲ ਜਿਹੜੇ ਕੈਂਡੀਡੇਟਸ ਜੇਲ ਸੁਪਰੀਟੈਂਡੈਂਟ ਦੀ ਪ੍ਰੀਪਰੇਸ਼ਨ ਕਰ ਰਹੇ ਜਨਵਰੀ ਦੇ ਵਿੱਚ ਤੁਹਾਡਾ ਪੇਪਰ ਹੋਣ ਦੇ ਪੂਰੇ ਪੂਰੇ ਚਾਂਸਸ ਹੈ ਬਾਈ ਇਸ ਚੀਜ਼ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖ ਲਿਓ ਠੀਕ ਹੈ ਬਾਤ ਨਾ ਕਿ ਉਹ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਕਿਵੇਂ ਪੇਪਰ ਦੀ ਡੇਟ ਜਲਦੀ ਪਾਤੀਏ ਹੋਏਗਾ ਜਨਵਰੀ ਦੇ ਐਂਡ ਜਾਂ ਫ फेब्रुवारी ਦੇ ਪਹਿਲੀ ਗੱਲ ਜਨਵਰੀ ਦੇ ਐਂਡ ਵਿੱਚ ਇੱਕ ਦਿਨ ਚ ਪੇਪਰ ਹੋਣਾ ਤੁਹਾਡਾ ਹੋ ਜਾਏਗਾ ਡਨ ਹੈ ਇਹ ਚੀਜ਼ ਦਾ ਧਿਆਨ ਰੱਖ ਲਿਓ ਹੁਣ ਤੋਂ ਪੂਰੇ ਰੱਜ ਕੇ ਜਿੰਨੀ ਹੋ ਸਕਦੀ ਹੈ ਉਹਦੀ ਤਾਕਤ ਲਾ ਲਓ ਤਾਂ ਕਿ ਤੁਹਾਨੂੰ ਜ਼ਿੰਦਗੀ 'ਚ ਦੁੱਖ ਨਾ ਰਵੇ ਕਿਉਂਕਿ ਇਸ ਤੋਂ ਬਾਅਦ ਜੇਲ ਅਸਿਸਟੈਂਟ ਜੇਲ ਸੁਪਰਡੈਂਟ ਦੀਆਂ ਪੋਸਟਾਂ ਹੈ ਉਹ 2024 ਜਾਂ 2025 ਤੋਂ ਪਹਿਲਾਂ ਸ਼ਾਇਦ ਹੀ ਮਿਲਣ ਇਹ ਵੀ ਵਿਸ਼ੇਸ਼ ਤੌਰ ਤੇ ਆਪਣੇ ਦਿਮਾਗ 'ਚ ਅਗਲਾ ਫਿਊਚਰ ਵੀ ਧਿਆਨ ਰੱਖਿਓ ਤਦ ਤੱਕ ਤੁਹਾਡੇ ਸਿਰ ਉੱਤੋਂ ਨਹੀਂ ਪਤਾ ਨਹੀਂ 5 ਵਰਸੀ ਇਹਨਾਂ 10 ਵਰਸੀ ਇਹ ਪੰਚ ਯੋਜਨਾ ਯੋਜਨਾ ਗੁਜ਼ਰ ਜਾਣੀ ਹੈ ਠੀਕ ਹੈ ਹੁਣ ਇਹਦੇ ਨਾਲ ਨਾਲ ਜੇ ਗੱਲ ਕਰਦੇ ਆਂ ਜ਼ਿਕਰ ਕਰਦੇ ਆਂ ਤਾਂ ਬਹੁਤ ਸਾਰੇ ਬੱਚੇ ਜਿੰਨਾ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਆਂ ਹਾਈ ਕੋਰਟ ਦੀ ਗੱਲ ਕਰਦੇ ਆਂ ਤੇ ਇਹਨਾਂ ਬੱਚਿਆਂ ਦਾ ਟਾਈਪਿੰਗ ਟੈਸਟ ਵੀ ਹੈ ਤਾਂ ਮਤਲਬ ਓਵਰঅল ਕੀ ਹੈ ਕਿ ਸਾਡਾ ਸਭ ਦਾ ਸੀਜ਼ਨ ਹੈ ਪੂਰਾ ਠੀਕ ਹੈ ਇਹਦੇ ਚ ਪਲੀਜ਼ ਤੁਹਾਡੇ ਲਈ ਹਮੇਸ਼ਾ ਅਸੀਂ ਜੋ ਬੈਸਟ ਹੋ ਸਕਦਾ ਕਰਾਂਗੇ ਤੁਸੀਂ ਕੀ ਕਰਨਾ ਹੈ ਸਾਡੇ ਇਸ ਵਟਸਐਪ ਨੰਬਰ ਤੇ ਤੁਸੀਂ ਆਪਣਾ ਮੈਸੇਜ ਡ੍ਰੌਪ ਕਰਕੇ ਕੋਈ ਵੀ ਤੁਹਾਨੂੰ ਹੈਲਪ ਦੀ ਜ਼ਰੂਰਤ ਹੈ ਜ਼ਰੂਰ ਦੱਸ ਦਿਓ ਅਸੀਂ ਤੁਹਾਡੀਆਂ ਕਲਾਸਿਸ ਦਾ ਪ੍ਰਬੰਧ ਕਰਤਾ ਟਾਈਮ ਟੇਬਲ ਤੁਹਾਨੂੰ ਦੇਤਾ ਹੈ ਪਲੀਜ਼ ਆਪਣੇ ਦੋਸਤ ਮਿੱਤਰ ਜਿੰਨੇ ਵੀ ਤੁਹਾਡੇ ਰਿਲੇਟਿਵ ਨੇ ਸਾਰਿਆਂ ਤੱਕ ਇਹ ਸਾਂਝ ਪਾ ਦਿਓ ਕਿ ਤੁਹਾਨੂੰ ਜੋ ਪ੍ਰੋਪਰਲੀ ਅਸੀਂ ਟਾਈਮ ਟੇਬਲ ਦਿੱਤਾ ਹੈ ਫਿਲਹਾਲ ਤੱਕ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਬੱਚੇ ਇਸ ਚੀਜ਼ ਨੂੰ ਲੈ ਕੇ ਮਾਇੂਸ ਨਹੀਂ ਹੋਣਗੇ ਕਿ ਕੰਪਿਊਟਰ ਆਈਟੀ ਲੈਵਲ ਦੀ ਕਲਾਸ ਸੀ ਉਸ ਨੂੰ ਬੰਦ ਨਹੀਂ ਕੀਤਾ ਗਿਆ ਉਹਨੂੰ ਥੋੜੀ ਦੇਰ ਤੱਕ ਆਪਾਂ ਸਾਡੇ ਟੀਚਰ ਨਾਲ ਠੀਕ ਹੈ ਸਾਡੇ ਪ੍ਰੋਫੈਸਰ ਸਾਹਿਬ ਨੇ ਅਸੀਂ ਉਹਨਾਂ ਨਾਲ ਡਿਸਕਸ ਕਰਕੇ ਨਾ ਟਾਈਮ ਜੋ ਵੀ ਬਣਿਆ ਬੈਸਟ ਤੋਂ ਬੈਸਟ ਟਾਈਮ ਬਣਿਆ ਹਾਲਾਂਕਿ ਇੱਕ ਚੀਜ਼ ਹੋਰ ਹੈ ਜੋ ਲਿਊਸ਼ੰਟ ਜੀਕੇ ਲਿਊਸ਼ੰਟ ਦੀ ਕਲਾਸ ਥੋੜੇ ਦਿਨ ਲਈ ਦੋ ਤਿੰਨ ਦਿਨ ਲਈ ਪ੍ਰਭਾਵਿਤ ਹੋਏਗੀ बिकॉज़ ਸਾਡੇ ਇੱਕ ਯੂਪੀਐਸਸੀ ਸਟੈਂਡਰਡ ਦੇ ਜੋ ਟੀਚਰ ਨੇ ਉਹ ਵੀ ਤੁਹਾਡੀ ਕਲਾਸ ਲੈਣਗੇ ਤੁਹਾਡੇ ਨਾਲ ਪੂਰੀ ਸਾਂਝ ਪਾਵਾਂਗੇ ਠੀਕ ਹੈ ਤਾਂ ਫਿਰ ਮਿਲਦੇ ਆਂ ਦੋਸਤੋ ਆਪਾਂ ਅਗਲੀ ਬ੍ਰੇਕਿੰਗ ਨਿਊਜ਼ ਤਦ ਤੱਕ ਆਪਣਾ ਖਿਆਲ ਰੱਖੋ ਖੁਸ਼ ਰਹੋ ਪੜ੍ਹਦੇ ਰਹੋ ਤੰਦਰੁਸਤ ਰਹੋ ਧੰਨਵਾਦ